ਸਸਿਗਾਲ ਦੋਸਤੋ ਮੈਂ ਸਤਨਾਮ ਢਾਲੀਵਾਲ ਗਲੋਬਲ ਐਸੈਸ ਵੀਜ਼ਾ ਇਮੀਗ੍ਰੇਸ਼ਨ ਕੋਰਪੋਰੇਟ ਆਪਣੇ ਚੈਨਲ ਅਸਤਾਲੀਆ ਲਾਸ ਤੇ ਤੁਹਾਡਾ ਸਵਾਗਤ ਕਰਦਾ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਸਾਰਿਆਂ ਦੇ ਮਨਾਂ ਦੇ ਵਿੱਚ ਇੱਕ ਹੀ ਸਵਾਲ ਹਨ ਓਪਨ ਵਰਕ ਪਰਮਨਡ ਵਾਲਿਆਂ ਦੇ ਕੀ ਨਵਾਂ ਸਾਲ ਆਉਣ ਵਾਲਾ ਹੈ ਹੁਣ 크리스마ਸ ਤੋਂ ਬਾਅਦ ਜਿਹੜਾ ਹੈਗਾ ਨਵੀਆਂ ਪਾਲਿਸਿਸ ਜਿਹੜੀਆਂ ਹੈਗੀਆਂ ਗਵਰਨਮੈਂਟ ਨੇ ਲੈ ਕੇ ਆਉਣੀਆਂ ਹੈਗੀਆਂ ਇੱਕ ਬਹੁਤ ਵੱਡੀ ਗੱਲ ਜਿਹੜੀ ਹੈਗੀ ਆਡਰ ਹੀ ਆ ਇਹ ਇਹਨਾ ਕਮਿੰਗ ਜਨਵਰੀ ਜਿਹੜੀ ਹੈਗੀ ਆ ਕਿ ਓਪਨ ਵਰਕ ਪਰਮਿਟ ਵਾਲਿਆਂ ਨੂੰ ਜਿਹੜੀ ਹੈਗਿਆ ਨੌਕ ਲੈਵਲ ਬੀ ਜੌਬ ਵਗੈਰਾ ਦੀ ਇਹਨਾਂ ਚੀਜ਼ਾਂ ਦੇ ਲੋਡ ਨਹੀਂ ਪਏਗੀ ਤੇ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਤੇ ਉਹ ਕਿਹੜੀਆਂ ਫੇਸਿਸ ਦੇ ਵਿੱਚ ਜਿਹੜੀ ਹੈਗੀ ਆ ਉਹ ਇੰਪਲੀਮੈਂਟ ਹੋਣ ਜਾ ਰਹੀ ਹੈ ਤੇ ਉਹਦਾ ਜਿਹੜਾ ਸਪਾਉਜ਼ ਓਪਨ ਵਰਕ ਪਰਮਿਟ ਦੀਆਂ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਉਹ ਉਹਨਾਂ ਤੇ ਕੀ ਇਫੈਕਟ ਜਿਹੜਾ ਹੈਗਾ ਪੈਣ ਵਾਲਾ ਸਭ ਤੋਂ ਪਹਿਲਾਂ ਸ ਆਪਾਂ ਗੱਲ ਕਰਦੇ ਹਾਂ ਜੀ ਕਿ ਜਿਹੜੀ ਇਹ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਜਿਹੜੀ ਹੈਗੀ ਆ ਇਹ ਦਸੰਬਰ ਦੇ ਫਰਸਟ ਵੀਕ ਦੇ ਵਿੱਚ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਕਹਿਆ ਸੀ ਕਿ ਜਿਹੜੇ ਕਿ ਅਪਕਮਿੰਗ ਜਿਹੜੇ ਹੈਗੇ ਆ 스ਪੌਸਲ ਓਪਨ ਵਰਕ ਪਰਮਿਟ ਦੇ ਕੈਂਡੀਡੇਟਸ ਹੈਗੇ ਨੇ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਦੇ ਹੋਣ ਵਰਕਰ ਦੇ ਹੋਣ ਜਾਂ ਪਰਮਨੈਂਟ ਰੈਜ਼ਿਡੈਂਸੀਜ਼ ਦੀ ਹੋਣ ਜਿਨ੍ਹਾਂ ਨੇ ਆਪਣੇ 스ਪੌਸਰ ਨੂੰ ਸਪਾਂਸਰਸ਼ਿਪ ਦੇਣੀ ਹੈਗੀ ਆ ਤਾਂ ਉਹਨਾਂ ਵਾਸਤੇ ਹੁਣ ਜਿਹੜੀ ਹੈਗੀ ਆ ਸਪੈਸੀਫਿਕ ਏਮਪਲੋਇਰ ਦੀ ਜਿਹੜੀ ਹੈਗੀ ਆ ਜੌਬ ਹੈ ਜਾਂ ਸਪੈਸੀਫਿਕ ਨੌਕ ਆਊਟ ਦੀ ਜਿਹੜੀ ਜੌਬ ਹੈਗੀ ਉਹਦੀ ਰਿਕੁਆਇਰਮੈਂਟ ਹੈਣੀਗੀ ਠੀਕ ਹੈ ਸੋ ਹੁਣ ਤੁਸੀਂ ਕਿਸੇ ਵੀ ਜਿਹੜੀ ਹੈਗੀ ਆ ਅਗਰ ਆਪਣੀ ਪੋਜੀਸ਼ਨ ਤੇ ਹੁੰਨੇ ਹੋ ਲਾਈਕ ਤੁਸੀਂ ਨੌਕ ਲੈਵਲ ਸੀ ਤੇ ਵੀ ਹੈਗੇ ਹੋ ਜਨ ਉਹ ਸਪான்ਸਰ ਕਰ ਸਕਦੇ ਹੋ ਇੰਡੀਆ ਦਾ ਸਪான்ਸਰ ਕਰ ਰਹੇ ਹੋ ਜਾਂ ਆਦਰ ਕੰਟਰੀ ਤੋਂ ਕਿਸੇ ਨੂੰ ਸਪான்ਸਰ ਕਰ ਸਕਦੇ ਹੈਗੇ ਹੋ ਤਾਂ ਤੁਹਾਡੀ ਜੋ ਵਰਕ ਪਰਮਿਟ ਦੇਖਦੇ ਹੋ ਐਕਸਟੈਂਸ਼ਨ ਵੀ ਪਾਉਣੇ ਹੈਗੇ ਹੋ ਉਹਦੇ ਵਿੱਚ ਵੀ ਜਿਹੜੀ ਹੈਗੀ ਆ ਉਹਨਾਂ ਦੀ ਜ਼ਰੂਰਤ ਜਿਹੜੀ ਹੈਗੀ ਆ ਹੁਣ ਉਹ ਨੌਕ ਲੈਵਲ ਪੋਜੀਸ਼ਨ ਵਾਲੀ ਜਿਹੜੀ ਹੈਗੀ ਆ ਖਤਮ ਕਰ ਦਿੰਦੀ ਹੈ ਠੀਕ ਹੈ ਜੀ ਇਮੀਗ੍ਰੇਸ਼ਨ ਮਨਿਸਟਰ ਨੇ ਜਿਹੜੀ ਇਹਦੀ ਇੱਕ ਪ੍ਰੋਪਰ ਜਿਹੜੀ ਇਹ ਪਿਆ ਗੱਲ ਕਰਦੇ ਆ ਕਿ ਇਸ ਪ੍ਰੋਗਰਾਮ ਦੀ ਲਾਂਚਿੰਗ ਡੇਟ ਦੀ ਆਪਾਂ ਗੱਲ ਕਰ ਲਈ ਉਹ ਹਜੇ ਰਿਵੀਲ ਨਹੀਂ ਕੀਤੀ ਹੈਗੀ ਬਟ ਇਹਨਾਂ ਕਮਿੰਗ ਜਨਵਰੀ ਦਾ ਮਤਲਬ ਹੈਗਾ ਕਿ ਆਉਂਦੇ ਸਾਲ ਦੇ ਵਿੱਚ ਆ ਨੈਕਸਟ ਮੰਥ ਤੋਂ ਜਿਹੜੀ ਹੈਗੀ ਐਂਡ ਜਿਹੜੀ ਇਹ ਚੀਜ਼ ਹੈਗੀ ਆ ਇਹਨਾਂ ਦੇ ਨਾਲ ਜਿਹੜੇ ਹੈਗੇ ਆ ਨੀਅਰ ਅਬਾਊਟ 1 ਲੱਖ ਜਿਹੜੀਆਂ ਹੈਗੀਆਂ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ 'ਚ ਹੋਰ ਵਾਅਦਾ ਹੋ ਸਕਦਾ ਓਪਨ ਵਰਕ ਪਰਮਿਟ ਦੀ ਆਉਣ ਦੇ ਵਿੱਚ ਸੋ ਇੱਕ ਸਭ ਤੋਂ ਵੱਡੀ ਜਿਹੜੀ ਖੁਸ਼ਖਬਰੀ ਹੈਗੀ ਆ ਸਪੈਸ਼ਲੀ ਸਪਾਊਸਲ ਓਪਨ ਵਰਕ ਪਰਮਣ ਵਾਲੇ ਐਪਲੀਕੇਸ਼ਨਸ ਵਾਸਤੇ ਐਪਲੀਕੈਂਟਸ ਵਾਸਤੇ ਕਿ ਜਿਹੜੀ ਹੈਗੀ ਆ ਬਹੁਤ ਚੰਗਾ ਸਮਾਂ ਜਿਹੜਾ ਹੈਗਾ ਆਉਣ ਵਾਲਾ ਹੈਗਾ ਜਿਵੇਂ ਆਪਾਂ ਹੁਣੇ 2-3 ਮਹੀਨਿਆਂ ਦੇ ਵਿੱਚ ਦੇਖਦੇ ਆ ਕਿ ਬਹੁਤ ਵਧੀਆ ਰਿਜ਼ਲਟਸ ਜਿਹੜੇ ਹੈਗੇ ਆ ਓਪਨ ਵਰਕ ਪਰਮਿਟ ਦੇ ਆ ਰਹੇ ਆ ਪਰ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹ ਆਪਣੀਆਂ ਤ ਤੁਹਾਡੀ एलिजिਬਿਲਟੀ ਪ੍ਰੋਪਰ ਕਲੀਅਰ ਹੋਣੀ ਚਾਹੀਦੀ ਹੈ ਜਿੱਦੋਂ ਥਰੂ ਤੁਹਾਡੀ ਫਾਈਨੈਂਸ਼ੀਅਲ ਸਟੇਟਸ ਐਂਡ ਤੁਹਾਡੇ ਪਰਸਨਲ ਐਸੈਟਸ ਦੇ ਅਕੋਰਡਿੰਗ ਤੁਹਾਡੀ एलिजिਬਿਲਟੀ ਪ੍ਰੋਪਰ ਕਲੀਅਰ ਹੋਣੀ ਚਾਹੀਦੀ ਆ ਨੰਬਰ 2 ਤੁਹਾਡਾ ਰਿਲੇਸ਼ਨਸ਼ਿਪ ਜਿਹੜਾ ਹੈਗਾ ਜੈਨੂਇਨ ਹੋਣਾ ਚਾਹੀਦਾ ਤੁਹਾਡੇ ਕੋਲ ਪ੍ਰੋਪਰ ਉਹਦੀ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਆ ਜਿਸ ਨਾਲ ਤੁਸੀਂ ਵੀਜ਼ਾ ਆਫੀਸਰ ਨੂੰ ਕਨਵਿੰਸ ਕਰ ਸਕਦੇ ਹੋ ਨੰਬਰ 3 ਤੁਹਾਡਾ ਹੈਲਥ ਇਸ਼ੂ ਜਿਹਨੂੰ ਆਪਾਂ ਮੈਡੀਕਲ ਕਹਿੰਦੇ ਨੇ ਉਹ ਕਲੀਅਰ ਆਊਟ ਹੋਣਾ ਚਾਹੀਦਾ ਤੁਹਾਡਾ ਵੀਜ਼ਾ ਜਿਹੜਾ ਹੁੰਦਾ ਤੁਹਾਨੂੰ ਸ਼ੋਰ ਸ਼ੋਰਲੀ ਜਿਹੜਾ ਹੈਗਾ ਮਿਲਦਾ ਹੀ ਮਿਲਦਾ ਹੈ ਆਪਸ ਪ੍ਰੋਗਰਾਮ ਦੀ ਗੱਲ ਕਰਦੇ ਆ ਜੀ ਤਾਂ ਇਹ ਤਿੰਨ ਫੇਸਿਸ ਦੇ ਵਿੱਚ ਲਾਂਚ ਹੋ ਰਿਹਾ ਜਿਹੜਾ ਹੈਗਾ ਤਾਂ ਇਹਦੀ ਫਸਟ ਫੇਸ ਦੀ ਆਪਾਂ ਗੱਲ ਕਰਦੇ ਆ ਹਾਈ ਵੇਜ ਸਟਰੀਮ ਦੇ ਵਿੱਚ ਜਿਨ੍ਹਾਂ ਦੇ ਸਪੌਸ ਜਿਹੜੇ ਹੈਗੇ ਆ ਉਹਨਾਂ ਦੀ ਹਾਈ ਵੇਜ ਹੈਗੀ ਆ ਤਾਂ ਉਹ ਜਿਹੜੇ ਹੈਗੇ ਆਪਣੇ ਉਹਨਾਂ ਨੂੰ ਸਪੌਂਸਰ ਜਿਹੜੇ ਹੈਗੇ ਕਰ ਸਕਦੇ ਆ ਦੂਸਰਾ ਹੈਗਾ ਜੀ provincial and territory territories ਜਿਹੜੀ ਹੈਗੇ ਸਟਰੀਮ ਉਹਦੇ ਵਿੱਚ ਕੀ ਹੁੰਦਾ ਕਿ ਹਰ ਇੱਕ province ਦੇ ਵਿੱਚ ਜਿਵੇਂ ਅਲੱਗ-ਅਲੱਗ ਪੇਰੇਟ ਹੁੰਦਾ ਜਿਵੇਂ ਆਪਾਂ ਮੈਨੀਟੋਬਾ ਦੀ ਗੱਲ ਕਰ ਲੈਨੇ ਆਂ অন্ਟੈਰੀਓ ਦੀ ਗੱਲ ਕਰ ਲੈਨੇ ਹੈਗੇ ਆ ਬੀਸੀ ਦੀ ਗੱਲ ਕਰ ਲੈਨੇ ਹੈਗੇ ਆ ਸਸਕਾਚੁਆਨ ਦੀ ਗੱਲ ਕਰ ਲੈਣਾ ਜਾਂ ਨੰਬਰ ਆਫ ਪ੍ਰੋਵਿੰਸਸ ਹੈਗੇ ਆ ਉਹਨਾਂ ਦੇ ਵਿੱਚ ਪੇਰੇਟ ਜਿਹੜਾ ਹੈਗਾ ਅਲੱਗ-ਅਲੱਗ ਹੈਗਾ ਤਾਂ ਉਹਦੀ ਪ੍ਰੋਵਿੰਸਸ ਦੇ ਅਕੋਰਡਿੰਗ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਮੰਨਦੀਆਂ ਤੇ ਨੰਬਰ 3 ਹੈਗਾ ਜੀ ਐਗਰੀਕਲਚਰਲ ਐਂਡ ਫਾਰਮ ਵਰਕਰਸ ਜਿਹੜੀਆਂ ਸੀਜ਼ਨਲ ਐਗਰੀਕਲਚਰਲ ਜਿਹੜੀਆਂ ਹੈਗੀਆਂ ਆ ਸੀਜ਼ ਆ ਫਸਲਾਂਾਂ ਦੇ ਉੱਪਰ ਜਾਂ ਸੀਜ਼ਨਲ ਐਗਰੀਕਲਚਰ ਦੇ ਉੱਪਰ ਡਿਪੈਂਡੈਂਟ ਹੈਗੇ ਤਾਂ ਉਹਨਾਂ ਉਹ ਜਿਹੜੇ ਹੈਗੇ ਆਪਣੇ ਉਹਨਾਂ ਨੂੰ ਸਪੌਂਸਰਡ ਹੈਗਾ ਸਪੌਂਸਰਸ਼ਿਪ ਦੇ ਸਕਦੇ ਹੈਗੇ ਨੇ ਸੋ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਹੈਗੀ ਆ ਡਿਟੇਲ ਜਿਹੜੀ ਹੈਗੀ ਆ ਇਹਨਾਂ ਦੀ ਜਾਂ ਆਪਾਂ ਗੱਲ ਕਰ ਸਕਦੇ ਹਾਂ ਕਿ ਇਹਨਾਂ ਦੀ ਜਿਹੜੀ ਹੈਗੀ ਆ ਡੇਟ ਜਿਹੜੀ ਹੈਗੀ ਆ ਇਹਨਾਂ ਕਮਿੰਗ ਮੰਥ ਜਿਹੜੀ ਹੈਗੀ ਆ ਉਹਦਾ ਹੈਗਾ ਆਪਾਂ ਨੂੰ ਪਤਾ ਲੱਗ ਜਾਣਾ ਬਟ ਸਭ ਤੋਂ ਵੱਡੀ ਜਿਹੜੀ ਸਭ ਤੋਂ ਵੱਡੀ ਖੁਸ਼ਖਬਰੀ ਵਾਲੀ ਗੱਲ ਇਹ ਹੈਗੀ ਆ ਕਿ ਨੰਬਰ ਆਫ ਐਪਲੀਕੇਸ਼ਨਸ ਦੇ ਵਿੱਚ ਜਿਹੜਾ ਹੈਗਾ ਵਾਦਾ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ ਸਾਨੂੰ ਜਿਹੜੇ ਹੈਗੇ ਆ ਹੋਰ ਨਿਊ ਕਾਮਰਸ ਜਿਹੜੇ ਹੈਗੇ ਇੱਥੇ ਚਾਹੀਦੇ ਨੇ ਕੈਨੇਡਾ ਦੇ ਵਿੱਚ ਰੈਜ਼ੀਡੈਂਸ ਬਣ ਆਪਣਾ ਵਰਕ ਪਰਮਿਟ ਲੈਣ ਤਾਂ ਜੋ ਇੱਥੇ ਉਹ ਡਿਵੈਲਪਮੈਂਟ ਕਰਨ ਸੋ ਜਿਹੜੇ ਵੀ ਮੇਰੇ ਵੀਰੇ ਇਸ ਚੀਜ਼ ਨੂੰ ਪਲਾਨ ਕਰ ਰਹੇ ਹੈਗੇ ਨੇ ਕਿ ਯਾਰ ਅਸੀਂ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਪਾਸੇ ਜਾਈਏ ਕਿ ਨਾ ਜਾਈਏ ਤਾਂ ਉਹਨਾਂ ਵਾਸਤੇ ਬਹੁਤ ਵਧੀਆ ਗੱਲ ਹੈਗੀ ਆ ਤੁਸੀਂ ਇਸ ਇਸ ਸਟ੍ਰੀਮ ਦੇ ਵਿੱਚ ਜਿਹੜਾ ਹੈਗਾ ਇਸ ਕੈਟਾਗਰੀ ਜਿਹੜੀ ਹੈਗੀ ਵੀਜ਼ਾ ਦੇ ਵਿੱਚ ਉਹਦੇ ਵਿੱਚ ਤੁਸੀਂ ਜਾ ਸਕਦੇ ਹੈਗੇ ਉਹ ਤੁਹਾਡੀ ਪ੍ਰੋਪਰ ਜੈਨੂਇਨ ਮੈਰਿਜ ਹੋਣੀ ਚਾਹੀਦੀ ਹੈ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਕੇਸਿਸ ਦੇਖਣ ਨੂੰ ਮਿਲ ਰਹੇ ਆ ਤਾਂ ਆਪਾਂ ਇਹ ਵੀਡੀਓ ਜਿਹੜੀ ਹੈਗੀ ਮੇਰੀ ਬਣਾਉਣ ਦਾ ਮੋਟਿਵ ਇਹ ਸੀ ਕਿਉਂਕਿ ਕੱਲ ਮੈਨੂੰ ਇੱਕ ਵੀਰ ਦਾ ਜਿਹੜਾ ਹੈਗਾ ਇੰਡੀਆ ਤੋਂ ਕਾਲ ਆਈ ਸੀ ਉਹਨਾਂ ਨੇ ਪੁੱਛਿਆ ਕਹਿੰਦਾ ਕਿ ਪਾਜੀ ਕਿ ਮੈਂ ਦੋ ਤਿੰਨ ਕੰਸਲਟੈਂਟਸ ਨਾਲ ਗੱਲ ਕੀਤੀ ਹੈ ਕਿਸੇ ਨੂੰ ਮੈਂ ਡਾਲਰ ਵੀ ਪੇ ਕਰਦਾ ਹਾਂ ਨਾ ਕਿ ਉਹਨਾਂ ਨੇ ਕਿਹਾ ਕਿ ਸੀ ਕਿ ਇੱਕ ਦੋ ਘੰਟੇ ਗੱਲ ਕਰਾਂਗੇ ਤੁਹਾਡਾ ਨਾ ਇੱਕ ਘੰਟਾ ਗੱਲ ਕਰਨ ਦੇ ਇਹਨਾਂ ਡਾਲਰ ਲਵਾਂਗੇ ਕਹਿੰਦਾ ਮੈਂ ਉਹਨਾਂ ਨੂੰ ਪੇ ਕਰ ਕਿ ਤੁਸੀਂ ਜਿਹੜਾ ਹੈਗਾ ਹਾਂਜੀ ਹਾਂਜੀ ਬਹੁਤ ਵਧੀਆ ਜਿਹੜੇ ਹੈਗੇ ਆ ਤੁਹਾਡੇ ਵੀਜ਼ਾਸ ਲੱਗਣਗੇ ਤੁਸੀਂ ਜਿਹੜਾ ਹੈਗਾ ਆਪਣੀ ਮੈਰਿਜ ਤੁਹਾਡੀ ਹੋਈ ਹੋਣੀ ਚਾਹੀਦੀ ਆ ਅਗਰ ਤੁਸੀਂ ਕਿਸੇ ਨਾਲ ਕੰਟਰੈਕਟ ਮੈਰਿਜ ਵੀ ਕਰਦੇ ਹੋ ਤਾਂ ਉਹ ਵੀ ਬਹੁਤ ਵਧੀਆ ਸਭ ਤੋਂ ਵੱਡੀ ਗੱਲ ਹੈਗੀ ਆ ਜੀ ਜਦੋਂ ਪਬਲੀਕਲੀ ਇਹ ਚੀਜ਼ਾਂ ਤੁਸੀਂ ਜਿਹੜੀਆਂ ਹੈਗੀਆਂ ਆ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਚੀਜ਼ਾਂ ਨੂੰ ਰਿਵੀਲ ਹੁੰਦੀਆਂ ਜਾ ਰਹੀਆਂ ਹੈਗੀਆਂ ਨਾ ਤਾਂ ਉਹ ਇੱਕ ਜੈਨੂਇਨ ਕੇਸ ਨੂੰ ਵੀ ਜਿਹੜੀਆਂ ਹੁੰਦੀਆਂ ਉਹ ਖਰਾਬ ਕਰ ਦਿੰਦੀਆਂ ਹੈਗੀਆਂ ਨੇ ਸੋ ਤੁਸੀਂ ਮੇਰੇ ਵੀ ਜਦੋਂ ਵੀ ਕੋਈ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਆ ਤੁਸੀਂ ਆਪਣਾ ਪੈਸਾ ਲਾਉਣੇ ਹੋ ਆਪਣੀ ਜ਼ਿੰਦਗੀ ਲਾਉਣੇ ਹੋ ਹੈਗੇ ਤਾਂ ਤੁਸੀਂ ਆਪਣੀ ਮੈਰिज ਜੈਨੂਅਲ ਰੱਖਿਆ ਕਰੋ ਕੰਟਰੈਕਟ ਮੈਰिजਸ ਵਾਲੇ ਪਾਸੇ ਜਾਂ ਐਦਾਂ ਦੇ ਫਰਾਡਰ ਲੈਂਟਰ ਚੀਜ਼ਾਂ ਵਾਲੇ ਪਾਸੇ ਨਾ ਜਾਇਆ ਕਰੋ ਕਿਉਂਕਿ ਇੱਕ ਕੰਸਲਟੈਂਟ ਨੇ ਆਪਾਂ ਨੂੰ ਇਹ ਚੀਜ਼ ਕਹਿ ਦੇਣੀ ਹੁੰਦੀ ਹੈ ਕਿ ਹਾਂਜੀ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਲਾ ਦਿਓ ਅਗਲੇ ਦਾ ਕੋਈ ਚੱਕਰ ਅਗਰ ਇੱਕ ਵਾਰੀ ਵੀ ਕੋਈ ਆਪਾਂ ਨੂੰ ਦਿੱਕਤ ਆ ਗਈ ਤਾਂ ਆਪਾਂ ਨੂੰ ਲਾਈਫਟਾਈਮ ਵਾਸਤੇ ਚੱਕਰਾਂ ਦੇ ਵਿੱਚ ਪਾ ਕੇ ਰੱਖ ਦਿੰਦਾ ਠੀਕ ਹੈ ਸੋ ਤੁਸੀਂ ਆਪਣੀ ਮੈਰिज ਵਾਲੇ ਪਾਸੇ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਇਹ ਬਹੁਤ ਵਧੀਆ ਖੁਸ਼ਖਬਰੀ ਵਾਲੀ ਗੱਲ ਹੈਗੀ ਹੈ ਦੈਟ ਮੀਨਸ ਕਿ ਇਹਨਾਂ ਕਮਿੰਗ ਟਾਈਮ ਜਿਹੜੇ ਹੈਗੇ ਓਪਨ ਤੁਹਾਡੀਆਂ ਪ੍ਰੋਫਾਈਲ ਜਿਹੜੀਆਂ ਹੈਗੀਆਂ ਵਧੀਆ ਤਰੀਕੇ ਨਾਲ ਲੱਗਣੀਆਂ ਚਾਹੀਦੀਆਂ ਹੈਗੀਆਂ ਨੇ ਤਾਂ ਆਪਾਂ ਦੁਬਾਰਾ ਰਿਪੀਟ ਕਰਦਾ ਹੈਗਾ ਜਿਦੇ ਵਿੱਚ ਤੁਹਾਡਾ ਪਰਸਨਲ ਐਸਟ ਅਤੇ ਫਾਈਨੈਂਸ਼ੀਅਲ ਸਟੇਟਸ ਕਹਿੰਦਾ ਆਪਾਂ ਤੁਹਾਡਾ ਫਾਈਨਾਂਂਸਿਸ ਵਾਲੇ ਪਾਸੇ ਤੁਹਾਡਾ ਫੰਡਸ ਵਾਲੇ ਪਾਸੇ ਪ੍ਰੋਪਰ ਤੁਹਾਡੀ ਪ੍ਰੋਫਾਈਲ ਜਿਹੜੀ ਹੈਗੀ ਆ ਸਟਰੋਂਗ ਹੋਣੀ ਚਾਹੀਦੀ ਹੈਗੀ ਆ ਠੀਕ ਹੈ ਜੀ ਦੂਸਰੇ ਪਾਸੇ ਤੁਹਾਡਾ ਰਿਲੇਸ਼ਨਸ਼ਿਪ ਨੂੰ ਤੁਸੀਂ ਪ੍ਰੋਪਰ ਜਸਟੀਫਾਈ ਕਰ ਸਕਦੇ ਹੈਗੇ ਹੋ ਜਿਵੇਂ ਨਾਲ ਦੀ ਨਾਲ ਹੀ ਮੈਂ ਗੱਲ ਕਰਦਾ ਹੈਗਾ ਵੀਰ ਅਮਰਦਰ ਨੇ ਇੱਕ ਗੱਲ ਕਹੀ ਸੀਗੀ ਕਿ ਭਾਜੀ ਕਿ ਕਿੰਨੀਆਂ ਕਿ ਫੋਟੋਆਂ ਚਾਹੀਦੀਆਂ ਹੈ ਕਹਿੰਦਾ ਕਿਉਂਕਿ ਮੇਰੇ ਕੰ ਨੰਬਰ ਦੀ ਕੋਈ ਵੀ ਗਿਣਤੀ ਨਹੀਂ ਹੁੰਦੀ ਫਾਈਲ ਦੇ ਵਿੱਚ ਜੀ ਵੀ ਤੁਸੀਂ ਕਿੰਨੀਆਂ ਫੋਟੋਆਂ ਲਾਉਣੀਆਂ ਹੈਗੀਆਂ ਇਹਦਾ ਨਹੀਂ ਆਪਾਂ ਕਹਿ ਸਕਦੇ ਕਿ ਇੰਨੀਆਂ ਹੀ ਲਾਉਣੀਆਂ ਮਸਟ ਹੁੰਦੀਆਂ 50 100 200 250 ਹੋਣਾ ਇਹਦਾ ਕੋਈ ਜ਼ਰੂਰੀ ਨਹੀਂ ਹੁੰਦਾ ਬਟ ਤੁਸੀਂ ਵੀਜ਼ਾ ਆਫੀਸਰ ਨੂੰ ਇਸ ਚੀਜ਼ ਨਾਲ ਇੰਨੀਆਂ ਫੋਟੋਆਂ ਲਾਓ ਤਾ ਜੋ ਤੁਸੀਂ ਉਹਨੂੰ ਕਨਵਿੰਸ ਕਰ ਸਕਦੇ ਹੈਗੇ ਹੋ ਕਿ ਜੋ ਮੇਰੀ ਮੈਰਿਜ ਹੈਗੀ ਉਹ ਪ੍ਰੋਪਰ ਜੈਨੂਇਨ ਮੇਰੀ ਮੈਰਿਜ ਹੈਗੀ ਕਿਉਂਕਿ ਬਹੁਤ ਸਾਰੇ ਵੀਰਾਂ ਜਿਨ੍ਹਾਂ ਨੇ ਪਹਿਲਾਂ ਗਲਤੀਆਂ ਕੀਤੀਆਂ ਹੋਈਆਂ ਉਹਨਾਂ ਦੀ ਇਸ ਚੀਜ਼ ਨਾਲ ਰਿਫਿਊਜ਼ਲ ਵੀ ਹੈਗੀ ਉਹਨਾਂ ਕੋਲੇ ਅੱਜ ਦੀ ਘੜੀ ਦੇ ਵਿੱਚ ਵੀ ਇਹ ਡਾਕੂਮੈਂਟੇਸ਼ਨ ਨਹੀਂ ਹੈਗੀ ਉਹਨਾਂ ਕੋਲੇ ਫੋਟੋਆਂ ਹੀ ਨਹੀਂ ਪੂਰੀਆਂ ਹੁੰਦੀਆਂ ਪਈਆਂ ਆਪਣੀਆਂ ਤੇ ਵੀਜ਼ਾ ਆਫੀਸਰ ਉਹਨਾਂ ਤੋਂ ਡਿਮਾਂਡ ਕਰ ਰਿਹਾ ਹੈਗਾ ਕਿ ਯਾਰ ਮੈਨੂੰ ਆ ਚੀਜ਼ ਦਿਖਾਓ ਕਿਉਂਕਿ ਆ ਚੀਜ਼ ਤੁਹਾਡੇ ਫਾਈਲ ਦੇ ਵਿੱਚ ਕਮੀ ਆ ਸੋ ਇਹਨਾਂ ਚੀਜ਼ਾਂ ਨੂੰ ਜੋ ਪੁਰਾਣਿਆਂ ਨੇ ਗਲਤੀਆਂ ਕੀਤੀਆਂ ਤੁਸੀਂ ਨਵਿਆਂ ਨੂੰ ਉਹ ਗਲਤੀ ਨਹੀਂ ਕਰਨੀ ਕਹਿੰਦੇ ਹੁੰਦੇ ਨਾ ਜਿਹੜਾ ਬੰਦਾ ਇਤਿਹਾਸ ਨੂੰ ਭੁੱਲ ਗਿਆ ਉਹ ਕਦੇ ਜ਼ਿੰਦਗੀ ਦੀ ਤਰੱਕੀ ਨਹੀਂ ਕਰਦਾ ਸੋ ਪੁਰਾਣੀਆਂ ਐਪਲੀਕੇਸ਼ਨ ਜਿੰਨੀਆਂ ਵੀ ਵੀਰਾਂ ਦੇ ਹੁੰਦੀਆਂ ਜਿਵੇਂ ਆਪਾਂ ਵੀਡੀਓਜ਼ ਪ੍ਰੋਫਾਈਲ ਡਿਸਕਸ ਕਰਦੇ ਹੈਗੇ ਆ ਤਾਂ ਉਹਨਾਂ ਚੀਜ਼ਾਂ ਨੂੰ ਪ੍ਰੋਪਰ ਤੁਸੀਂ ਧਿਆਨ ਦੇ ਨਾਲ ਦੇਖਿਆ ਕਰੋਗਾ ਤੁਹਾਡੇ ਲਿੰਕ ਦੇ ਵਿੱਚ ਕੋਈ ਹੋਰ ਹੁੰਦਾ ਉਹਨਾਂ ਨੂੰ ਤੁਸੀਂ ਵੀਡੀਓ ਜਿਹੜੀ ਹੁੰਦੀ ਹੈ ਸ਼ੇਅਰ ਕਰ ਸਕਦੇ ਹੁੰਦਾ ਜੋ ਦੂਸਰੇ ਬੰਦੇ ਦਾ ਵੀ ਇਸ ਚੀਜ਼ ਨਾਲ ਭਲਾ ਹੋ ਜਾਈ ਠੀਕ ਹੈ ਸੋ ਤੁਸੀਂ ਇਹਨਾਂ ਚੀਜ਼ਾਂ ਦੇ ਉੱਪਰ ਪ੍ਰੋਪਰ ਗੌਰ ਕਰਕੇ ਚੱਲਿਆ ਕਰੋ ਤੇ ਜਦੋਂ ਵੀ ਉਹਦੀ ਕੋਈ ਡੇਟ ਰੀਵੀਲ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਤਾਂ ਉਹ ਆਪਾਂ ਇਨਫਾਰਮੇਸ਼ਨ ਜਿਹੜੀ ਹੈਗੀ ਤੁਹਾਡੇ ਨਾਲ ਜਿਹੜੀ ਹੈਗੀ ਤੁਹਾਨੂੰ ਅਪਡੇਟ ਕਰਾਂਗੇ ਸੋ ਬਾਕੀ ਸਭ ਤੋਂ ਵੱਡੀ ਗੱਲ ਹੈਗੀ ਆ ਜੀ ਆਉਣ ਵਾਲਾ ਸਾਲ ਓਪਨ ਬਕਵਨ ਵਾਲਿਆਂ ਵਾਸਤੇ ਬਹੁਤ ਵਧੀਆ ਜਿਹੜਾ ਹੈਗਾ ਚੜਨ ਵਾਲਾ ਹੈਗਾ ਸ ਜਨਵਰੀ ਦੇ ਵਿੱਚ ਉਹਦੀ ਸਟੱਡੀ ਹੈਗੀ ਹੈ ਜਿਹੜੀ ਸ਼ੁਰੂ ਹੋਣੀ ਹੈ ਤੁਹਾਨੂੰ ਨੇ ਆਪਣੀ ਪ੍ਰੋਫਾਈਲ ਲਗਾਉਣੀ ਹੈਗੀ ਆ ਉਹਨੂੰ ਤੁਸੀਂ ਹੁਣੇ ਹੀ ਜਿਹੜਾ ਹੈਗਾ ਪ੍ਰਪੇਅਰ ਕਰਨਾ ਸ਼ੁਰੂ ਕਰ ਸਕਦੇ ਹੈਗੇ ਹੋ ਬਾਕੀ ਤੁਹਾਨੂੰ ਕੋਈ ਵੀ ਇਸ ਚੀਜ਼ ਨਾਲ ਰਿਲੇਟਡ ਜਿਹੜੀ ਹੈਗੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਜਿਹੜਾ ਹੈਗਾ WhatsApp ਦੇ ਉੱਪਰ ਆਪਣਾ ਮੈਸੇਜ ਲੀਵ ਕਰ ਸਕਦੇ ਹੋ ਜੋ ਕੈਨੇਡਾ ਦਾ ਕੰਟੈਕਟ ਨੰਬਰ ਹੈਗਾ ਜੀ ਉਹ ਹੈਗਾ 2049525837 ਇੰਡੀਆ ਦਾ ਹੈਗਾ ਜੀ 9998980037 ਦੋਨਾਂ ਦੇ ਉੱਪਰ ਕਿਸੇ ਵੀ ਕੰਟੈਕਟ ਦੇ ਉੱਪਰ ਤੁਸੀਂ ਆਪਣੀ WhatsApp ਦੇ ਉੱਪਰ ਮੈਸੇਜ ਕਰਕੇ ਜਾਂ ਵੌਇਸ ਮੈਸੇਜ ਕਰਕੇ ਤੁਸੀਂ ਆਪਣੀ ਕੁਐਰੀ ਜਿਹੜੀ ਹੈਗੀ ਲੀਵ ਕਰ ਪਣ ਜਿਹੜੇ ਹੈਗੇ ਆ ਵਿਜ਼ਿਟ ਕਰ ਸਕਦੇ ਹੈਗੇ ਹੋ ਸੋ ਮੈਂ ਤੁਹਾਡੇ ਸਾਰਿਆਂ ਅਗੇ ਇੱਕ ਇਸੇ ਚੀਜ਼ ਦੀ ਰਿਕਵੈਸਟ ਹੈਗੀ ਹੈ ਕਿ ਆਪਣੀ ਪ੍ਰੋਫਾਈਲ ਨੂੰ ਪ੍ਰੋਪਰ ਮੇਰੇ ਵੀ ਸਾਰੇ ਜਾਣੇ ਧਿਆਨ ਦੇ ਨਾਲ ਇਸ ਚੀਜ਼ ਨੂੰ ਰੱਖ ਕੇ ਚੱਲਿਆ ਕਰੋ ਕਿਉਂਕਿ ਪਹਿਲੀ ਵਾਰੀ ਦੇ ਵਿੱਚ ਅਗਰ ਆਪਾਂ ਨੂੰ ਸਮਾਂ ਬੱਧ ਲੱਗ ਜਾਏ ਬਟ ਪਹਿਲੀ ਵਾਰੀ ਦੇ ਵਿੱਚ ਜਿਹੜਾ ਕੰਮ ਹੁੰਦਾ ਉਹ ਕਲੀਅਰ ਆਊਟ ਕਰਕੇ ਨਿਕਲ ਜਾ ਤਾਂ ਨਿਕਲ ਜਾ ਬਟ ਕਿਸੇ ਦੇ ਮਗਰ ਲੱਗ ਕੇ ਫੇਕ ਮੈਰिजਸ ਵਾਲੇ ਪਾਸੇ ਇਕੱਠੇ ਆ ਜੂਗੇ ਜੀ ਇਹਨਾਂ ਚੀਜ਼ਾਂ ਵਾਲੇ ਪਾਸੇ ਇਹਨਾਂ ਕੰਮਾਂ ਦੇ ਵਿੱਚ ਨਾ ਮੇਰਾ ਵੀ ਸਾਰਿਆਂ ਨੇ ਪਾਓ ਕਿਉਂਕਿ ਵੀ ਐਪਲੀਕੇਸ਼ਨ ਅਗਰ ਲੱਗਦੀਆਂ ਹੈਗੀਆਂ ਨਾ ਉਹਨਾਂ ਦੇ 20 ਦੇ ਵਿੱਚੋਂ ਅਗਰ ਦੋ ਐਪਲੀਕੇਸ਼ਨਾਂ ਤਿੰਨ ਵੀਜ਼ਾ ਅਗਰ ਇਕੱਠਿਆਂ ਦਾ ਆ ਜਾਂਦਾ ਨਾ ਤਾਂ ਉਹਨੂੰ ਆਪਾਂ ਸਕਸੈਸ ਰੇਟ ਨਹੀਂ ਕਹਿ ਸਕਦੇ ਹੈਗੇ ਸੋ ਇਹਨਾਂ ਚੀਜ਼ਾਂ ਦੇ ਉੱਪਰ ਪ੍ਰੋਪਰ ਮੇਰਾ ਵੀ ਸਾਰਿਆਂ ਨੇ ਗੌਰ ਕਰਕੇ ਚੱਲਾ ਕਰੋ ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਅਗਰ ਦੱਸ ਬੇਨਤੀ ਕਰ ਰਿਹਾ ਕੋਈ ਸਾਰਿਆਂ ਨੇ ਵੀਜ਼ਾ ਜਿਹੜੇ ਹੈਗੇ ਹੁਣ ਸਾਰੇ ਜਾਣੇ ਆਪਣੀ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਜਾਣ ਵਾਲਾ ਸਾਲ ਸਾਰਿਆਂ ਵਾਸਤੇ ਜਿਹੜਾ ਹੈਗਾ ਵਧੀਆ ਵਧੀਆ ਆਵੇ ਧੰਨਵਾਦ